ਹੰਦੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬੀ ਆਰਟਿਸਟ ਤੇ ਪੰਜਾਬ ਨਾਲ ਜੁੜੀਆਂ ਕੁਝ ਖਾਸ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੂੰ ਹਾਂ ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸਿੱਧੂ ਮੂਸੇਵਾਲਾ ਦਾ ਜਿਸ ਦਾ ਕਿ ਮੋਸਟ ਵੇਟਿਡ ਗਾਣਾ ਫੱਕ ਆਮ ਆਲ ਸਨੀ ਮਲਟਰ ਨਾਲ ਅੱਜ ਫਾਈਨਲੀ ਰਿਲੀਜ਼ ਹੋ ਚੁੱਕਾ ਹੈ ਥੋੜੇ ਟਾਈਮ ਬਦ ਚੰਗੇ ਵਿਊਜ਼ ਵੀ ਆ ਗਏ ਹਨ ਜਿੰਨਾ ਸ਼ਖਸ਼ ਨੇ ਇਹ ਲੀਕ ਗਾਣਾ ਸੁਣ ਲਿਆ ਸੀ ਉਹਨਾਂ ਨੂੰ ਇਹ ਵੀ ਪਤਾ ਹੋਵੇਗਾ ਬਕੂਬੀ ਤੌਰ ਤੇ ਕਿ ਇਸ ਵਿੱਚ ਪ੍ਰੇਮਟ ਲੋ ਬਿਗ ਵਰਡ ਈਪੀ ਟੂ ਲੋ ਤੇ ਹੋਰ ਵੀ ਕਈ ਸ਼ਖਸ਼ਾਂ ਨੂੰ ਰਿਪਲਾਈ ਕੀਤਾ ਗਿਆ ਹੈ ਪਰ ਦੋਸਤੋ ਇਸ ਗਾਣੇ ਦਾ ਜ਼ਿਕਰ ਕਰਨ ਤੋਂ ਪਹਿਲਾਂ ਵੀ ਸ਼ੇਅਰ ਕੀਤੀ ਆਪਣੇ ਇੰਸਟਾਗ੍ਰam ਤੇ ਸਨੇਪਚੈਟ ਅਕਾਊਂਟ ਤੇ ਸਭ ਤੋਂ ਖਤਰਨਾਕ ਹੁੰਦਾ ਹੈ ਸਾਰੀਆਂ ਪੇਡਾਂ ਦਾ ਇੱਕੋ ਦਿਨ ਮਰ ਜਾਣਾ ਇਸ ਤੋਂ ਬਾਅਦ ਹਰਾਨੀ ਜਨ ਕੇ ਕਈ ਈਮੋਜੀ ਵੀ ਵਰਤਿਆ ਬਹੁਤ ਸਾਰੇ ਫਿਰ ਲੋਕਾਂ ਨੇ ਦੋਸਤੋ ਇਹੀ ਸ਼ਖਸ ਜਿਨ੍ਹਾਂ ਨੂੰ ਕੀ ਇਸ ਗਾਣੇ ਵਿੱਚ ਰਿਪਲਾਈ ਸੀ ਉਹਨਾਂ ਦੇ ਫੈਨਾਂ ਨਾਲ ਜੋੜ ਕੇ ਦਿਖਾ ਦਿੱਤਾ ਗਿਆ ਪਰ ਦੋਸਤੋ ਜੇਕਰ ਅਸੀਂ ਜ਼ਿਕਰ ਕਰੀਏ ਗਾਣੇ ਦਾ ਹੀ ਪ੍ਰੇਮ ਟੁੱਲੋ ਸਭ ਤੋਂ ਜ਼ਿਆਦਾ ਤਾਂ ਲੋਕ ਇਹੀ ਕਹਿ ਰਹੇ ਸਨ ਕਿ ਇਸ ਨੂੰ ਟਾਰਗੇਟ ਕੀਤਾ ਗਿਆ ਹੈ ਐਸਨੇ ਹੀ ਸਿੱਧੂ ਮੂਸੇਵਾਲਾ ਦਾ ਫਾਇਦਾ ਟੱਕ ਕੇ ਉਸ ਨੂੰ ਅਨਫੋਲੋ ਕਰ ਦਿੱਤਾ ਤੇ ਦੂਸਰੀ ਗੱਲ ਇਸ ਗਾਣੇ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸਾਡੇ ਨਾਲ ਹੀ ਬ ਇੱਕ ਖਾਸ ਗੱਲ ਇਹ ਵੀ ਦੱਸਣ ਵਾਲੇ ਹਾਂ ਜਦੋਂ 올ਡ ਸਕੂਲ ਗਾਣਾ ਆਇਆ ਤਾਂ ਉਸ ਤੋਂ ਬਾਅਦ ਪ੍ਰੇਮ ਟਲੂ ਤੇ ਸਿੱਧੂ ਮੂਸੇਵਾਲਾ ਲਾਈਵ ਆਏ ਸਨ ਤਾਂ ਉਦੋਂ ਸਿੱਧੂ ਮੂਸੇਵਾਲਾ ਨੇ ਇਹ ਕਿਹਾ ਸੀ ਕਿ ਪ੍ਰੇਮ ਟਲੂ ਹੁਣ ਆਪਣੀ ਹੀ ਕੰਪਨੀ ਵਿੱਚ ਆ ਚੁੱਕਾ ਹੈ ਸਿਗਨੇਚਰ ਵਾਲੀ ਕੋਈ ਗੱਲ ਨਹੀਂ ਇਕੱਠਿਆਂ ਦੇ ਗਾਣੇ ਆਉਣਗੇ ਸ਼ਾਇਦ ਸਾਡੇ ਲੇਬਲ ਹੀਟ ਹੀ ਰਿਲੀਜ਼ ਹੋਣਗੇ ਭਰਾਮਾਂ ਵਾਲੀ ਗੱਲ ਹੈ ਸੋ ਦੋਸਤੋ ਉਸ ਬੌਂਡ ਵਾਲੀ ਗੱਲ ਨੂੰ ਲੈ ਕੇ ਹੁਣ ਉਸ ਤੋਂ ਬਾਅਦ ਪ੍ਰੇਮ ਟਲੂ ਨੇ ਕਿੰਨੇ ਹੀ ਸ਼ਖਸੀਅਤਾਂ ਨਾਲ ਕੋਲਾਬੋਰੇਸ਼ਨ ਕੀਤੀ ਚਾਹੇ ਉਹ ਬਿਗ ਵਰਡ ਹੋਵੇ ਹੋਰ ਮਿਊਜ਼ਿਕਲੇਬਲ ਜਿਹੜੇ ਕਿ ਸਿੱਧੂ ਮੂਸੇਵਾਲਾ ਦੀ ਵਿਰੁੱਧ ਤੁਸੀਂ ਦਾਵਾ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ ਕਿ ਇਸ ਦੀ ਗਲਤੀ ਹੈ ਐਪਾ ਇੱਕ ਪਾਸੇ ਦੀ ਗੱਲ ਸੁਣ ਕੇ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਹਾਂ ਪ੍ਰੇਮ ਟਲੂਨੇ ਉਸ ਤੋਂ ਬਾਅਦ ਕੋਈ ਵੀ ਰਿਪਲਾਈ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਉਸ ਨੂੰ ਪੰਡਿਆ ਵੀ ਕਾਫੀ ਜਾ ਰਿਹਾ ਹੈ ਸਿੱਧੂ ਨੇ ਟਾਰਗੇਟ ਕਰ ਦਿੱਤਾ ਦੋ ਗੱਲਾਂ ਕਰਕੇ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਤੇ ਦੋਸਤੋ ਰਹੀ ਗੱਲ ਬਿਗੜਦੀ ਉਸ ਨੂੰ ਵੀ ਇਸ ਗਾਣੇ ਵਿੱਚ ਰਿਪਲਾਈ ਦੱਸਿਆ ਗਿਆ ਸੀ ਹਾਲਾਂਕਿ ਉਸ ਨੇ ਡਾਇਰੈਕਟ ਇਸ ਗਾਣੇ ਬਾਰੇ ਕੁਝ ਵੀ ਨਹੀਂ ਕਿਹਾ ਆਪਣੀ ਹੀ ਇੱਕ ਸਟੋਰੀ ਜੋ ਕਿ ਉਸ ਨੇ 2014 ਵਿੱਚ ਪਾਈ ਸੀ ਉਸ ਨੂੰ ਹੀ ਸ਼ੇਅਰ ਕਰਦੇ ਹੋਏ ਕਿਹਾ WINNERS FOCUS ON WINNING LOSERS FOCUS ON WINNERS ਹੁਣ ਕੌਣ ਜੀ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਪਰ ਇਸ ਗੱਲ ਨੂੰ ਜੋੜ ਦਿੱਤਾ ਗਿਆ ਹੈ ਸਿੱਧੂ ਮੂਸੇਵਾਲੇ ਨਾਲ ਉਸਦੇ ਨਵੇਂ ਗਾਣੇ ਨਾਲ ਸਨੀ ਮਲਟਨ ਨੇ ਵੀ ਸ਼ਾਇਦ ਆਪਣੇ ਪਰ ਵਿੱਚ ਇਸ ਨੂੰ ਟਾਰਗੇਟ ਕੀਤਾ ਹੈ ਇਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਬਰ ਦਿਖਾਈਆਂ ਗਈਆਂ ਨੇ ਸਪੋਟੀਫਾਈ ਤੇ ਐਪਲ 뮤직 ਚਾਰਟ ਤੇ ਇਹ ਗਾਣਾ ਇੱਕ ਦਿਨ ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ ਏਪੀ ਟਲੋ ਵੀ ਇਸ ਬਾਬਤ ਕੁਝ ਨਹੀਂ ਬੋਲਿਆ ਹਾਲਾਂਕਿ ਉਸ ਨੂੰ ਵੀ ਸਿੱਧੂ ਮੂਸੇਵਾਲੇ ਵੱਲੋਂ ਰਿਪਲਾਈ ਦੱਸਿਆ ਗਿਆ ਸੀ ਇਸ ਗਾਣੇ ਵਿੱਚ ਪ੍ਰਿੰਮਟ ਲੋ ਬਿਗ ਵਰਡ ਏਪੀ ਟਲੋ ਤੇ ਹੋਰ ਵੀ ਕਈ ਸ਼ਖਸ਼ ਗਾਣਾ ਤੁਹਾਨੂੰ ਕਿਦਾਂ ਦਾ ਲੱਗਿਆ ਵੈਸੇ ਆਪਾਂ ਅੰਜਾਇ ਹੀ ਕਰੀਏ ਰਿਪਲਾਈਆਂ ਵਾਲਾ ਸ कि दूसरी गल वो है सिद्धू मूसेवाला ते अफसाना खान ਦਾ ਜੋ ਡਬਈ ਵਿੱਚ ਕੰਸਰਟ ਹੋਣ ਜਾ ਰਿਹਾ ਹੈ ਲਗਭਗ 70 75% ਟਿਕਟਾਂ ਪਹਿਲਾਂ ਹੀ ਸੋਲਡ ਆਊਟ ਹੋ ਚੁੱਕੀਆਂ ਨੇ ਕੋਕਾ ਕੋਲਾ ਅਰੀਨਾ ਕਾਫੀ ਜ਼ਿਆਦਾ ਉਸਦੀ ਗਲਬਾਤ ਹੈ ਇਹ ਵੀ ਟਲੰਦੋਂ ਦਾ ਵੀ ਕੰਸਰਟ ਕੁਝ ਦਿਨ ਪਹਿਲਾਂ ਹੀ ਹੋ ਕੇ ਹਟਿਆ ਹੈ ਉਥੇ ਸੋਲਡ ਆਊਟ ਗਿਆ ਸੀ ਸਿੱਧੂ ਮੂਸੇਵਾਲਾ ਦਾ ਸ਼ੋ ਵੀ ਸੋਲਡ ਆਊਟ ਹੀ ਜਾਵੇਗਾ ਜੇਕਰ 70 75 ਟਿਕਟਾਂ ਹੁਣ ਹੀ ਵਿਕ ਗਈਆਂ ਨੇ ਚਰਚਾ ਕਾਫੀ ਜ਼ਿਆਦਾ ਹੈ ਪਰ ਦੋਸਤ ਇੱਕ ਗੱਲ ਦੀ ਇਹ ਵੀ ਚਰਚਾ ਹੋ ਰਹੀ ਹੈ ਕਿ ਜੀ ਸਟੂਡੀਓ ਜੀ ਨਿਊਜ਼ ਜਿਹੜੇ ਵੀ ਮਤਲਬ ਜੀ ਨਾਲ ਸੰਬੰਧ ਰੱਖਦੇ ਹਨ ਉਹ ਇਸ ਸ਼ੋ ਨੂੰ ਆਰਗੇਨਾਈਜ਼ ਕਰਾ ਰਹੇ ਹਾਂ ਹਾਂ ਸੋਸ਼ਲ ਮੀਡੀਆ ਤੇ ਕਿ ਦੋਸਤੋ ਇਹਨਾਂ ਗੱਲਾਂ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਇਸ ਪਰੇ ਆਪਣੇ ਖਾਸ ਤੌਰ ਤੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਦੋਸਤੋ ਅੱਥੇ ਹੁਣ ਅਸੀਂ ਸਿੱਧੂ ਮੂਸੇਵਾਲੇ ਦੇ ਹੀ ਦੋਸਤ ਅਮਰਤ ਮਾਨ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਬੱਬਰ ਫਿਲਮ ਉਸ ਦੀ ਥੀਏਟਰਾਂ ਵਿੱਚ ਸਕਸੈਸਫੁਲੀ ਰਨਿੰਗ ਕਰ ਰਹੀ ਹੈ ਤੇ ਅੱਜ ਭਰਾ ਨੇ ਇੱਕ ਸਟੂਡੀਓ ਵੀ ਸ਼ੇਅਰ ਕੀਤੀ ਹੈ ਬੱਬਰ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਸਾਰਿਆਂ ਦਾ 2 ਕਰੋੜ ਦੋਸਤੋ ਉਸਨੇ ਇਸ ਵੀਕਐਂਡ ਵਿੱਚ ਕਲੈਕਟ ਕਰ ਲਏ ਨੇ ਤੇ ਸਪੈਸ਼ਲ ਥੈਂਕਸ ਵੀ ਕੀਤਾ ਹੈ ਨਾਰਥ ਅਮਰੀਕਾ ਵਾਲਿਆਂ ਦਾ ਕਿਉਂਕਿ ਦੋਸਤ ਵਾਰੀ ਸਟਾਰ ਕਾਸਟ ਵਾਲੀ ਡਾਇਰੈਕਸ਼ਨ ਵਾਲੀ ਆਪਣੇ ਅਹਿਮ ਟਾਰਕਮੈਂਟ ਬਾਕਸ ਵੀ ਜ਼ਰੂਰ ਦਿਓ ਤੇ ਦੋਸਤੋ ਇੱਥੇ ਹੁਣ ਅਸੀਂ ਯੂਯੂ ਹਨੀ ਸਿੰਘ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਦੋ ਸ਼ਖਸ਼ਿਆਂ ਨਾਲ ਉਸਦੀ ਕਲੈਬੋਰੇਸ਼ਨ ਆ ਰਹੀ ਹੈ ਪਿਛਲੀ ਵੀਡੀਓ ਵਿੱਚ ਅਸੀਂ ਦੱਸਿਆ ਸੀ ਕਿਪਰਾ ਬੋਹਮੀਆ ਨਾਲ ਕਲੈਬੋਰੇਸ਼ਨ ਕਰਨ ਜਾ ਰਿਹਾ ਹੈ ਬੋਹਮੀਆ ਨੇ ਇੱਕ ਲਾਈਵ ਕੀਤਾ ਸੀ ਜਿਸ ਦੌਰਾਨ ਉਸਨੇ ਹਨੀ ਸਿੰਘ ਦਾ ਜ਼ਿਕਰ ਕੀਤਾ ਤੇ ਦੂਸਰੀ ਕਲੈਬੋਰੇਸ਼ਨ ਹੈ ਦੋਸਤੋ ਅਲਫਾਜ਼ ਨਾਲ ਪਹਿਲਾਂ ਵੀ ਇਸਦੀ ਕਲੈਬੋਰੇਸ਼ਨ ਜਦੋਂ ਮਤਲਬ ਇਸਦਾ ਪੀਕ ਟਾਈਮ ਸੀ ਉਸ ਟਾਈਮ ਇਸਦੇ ਐਸ ਨਾਲ ਗਾਣੇ ਆ ਚੁੱਕੇ ਹਨ ਤੇ ਇੱਕ ਵਾਰ ਫਿਰ ਕਲੈਬੋਰੇਸ਼ਨ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਇਸਦੇ ਲਾਈ ਤੇਮ ਅਲੱਗ ਹੀ ਦਬਦਬਾ ਸੀ ਅਲੱਗ ਹੀ ਪਹਿਚਾਨ ਸੀ ਇਸ ਪੰਜਾਬੀ 뮤직 ਇੰਡਸਟਰੀ ਵਿੱਚ ਹਾਲਾਂਕਿ ਬਾਲੀਵੁੱਡ ਜੀ ਤਾਂ ਹਾਲੇ ਵੀ ਲੋਕ ਉਸ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਜਿਹੋ ਜਿਹਾਂ ਮਰਜ਼ੀ ਭਰਾ ਗਾਣਾ ਰਿਲੀਜ਼ ਕਰ ਦਵੇ ਪਿਆਰ ਬਹੁਤ ਹੀ ਜ਼ਿਆਦਾ ਮਿਲਦਾ ਹੈ 100-100 ਮਿਲੀਅਨ ਵਿਊਜ਼ ਤਾਂ ਆਮ ਹੀ ਗੱਲ ਹੈ ਟੀ ਸੀਰੀਜ਼ ਤੇ ਜੋ ਰਿਲੀਜ਼ ਹੁੰਦਾ ਹੈ ਪਰ ਦੋਸਤੋ ਪੰਜਾਬੀ ਆਡੀਅੰਸ ਚਾਹੁੰਦੀ ਹੈ ਕਿ ਯੋਜੋ ਹਨੀ ਸਿੰਘ ਜਿੱਦਾਂ ਉਸਦੇ ਪੁਰਾਣੇ ਗਾਣੇ ਹੁੰਦੇ ਸਨ 올ਡ ਵਾਈਬ ਹੁੰਦੀ ਸੀ ਉਹਦਾਂ ਦੇ ਗਾਣੇ ਰਿਲੀਜ਼ ਕਰੇ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੋਸਤੋ ਇ ਪੋਸਟ ਦਾ ਰੈਵਨਿਊ ਜੋ YouTube ਤੋਂ ਕਲੈਕਟ ਕੀਤਾ ਹੈ ਇਸਨੇ ਸ਼ੋਅ ਕਰ ਦਿੱਤਾ 5000 ਕੈਨੇਡੀਅਨ ਡਾਲਰ ਲਗਭਗ ਇੰਡੀਆ ਦੀ ਕਰੰਸੀ ਵਿੱਚ ਆਪਾਂ 3 ਲੱਖ ਰੁਪਏ ਮੰਨ ਸਕਦੇ ਹਾਂ ਬਹੁਤ ਸਾਰੇ ਸ਼ਖਸੀਅਤਾਂ ਹੈਰਾਨ ਵੀ ਹੋਈ ਸਨ ਕਿ ਹੈ ਇੰਨੇ ਘੱਟ ਪੈਸੇ ਨਹੀਂ ਦੋਸਤੋ Spotify Apple Music chart ਗਾਣਾ ਔਰ ਜਿੰਨੇ ਵੀ ਆਨਲਾਈਨ ਪਲੇਟਫਾਰਮ ਨੇ ਜਾਂ ਜਿਨ੍ਹਾਂ ਨੂੰ ਇਹ ਸਪੌਂਸਰ ਕਰਦੇ ਨੇ ਇਸ ਗਾਣੇ ਵਿੱਚ ਕਿਸੇ ਦੀ ਫੀਚਰਿੰਗ ਹੁੰਦੀ ਹੈ ਉਹ ਸਾਰੀਆਂ ਗੱਲਾਂ ਤਾਂ ਇਸਨੇ ਦਿਖਾਈਆਂ ਹੀ ਨਹੀਂ ਇਹ ਸਿਰਫ ਇੱਕ ਪਲੇਟਫਾਰਮ ਦੀ ਹੀ ਕਮਾਈ ਹੈ ਪਰ ਅੱਜ ਤੱਕ ਦੋਸਤੋ ਕਿਸੇ ਵੀ ਆਰਟਿਸਟ ਨੇ ਇਦਾਂ ਸ਼ੋਅ ਨਹੀਂ ਕੀਤਾ ਸਿਰਫ ਸੁਲਤਾਨ ਨੇ ਹੀ ਇਦਾਂ ਕੀਤਾ ਹੈ ਤੇ ਗਾਣਾ ਤੁਹਾਨੂੰ ਕਿਦਾਂ ਦਾ ਦਾ ਇਸ ਵਾਰ ਵੀ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੋਸਤੋ ਸਿੱਧੂ ਮੂਸੇਵਾਲਾ ਦਾ ਦੋਸਤ ਆਰਨੇਤ ਉਸ ਨੇ ਵੀ ਆਪਣੀ ਐਲਬਮ ਦਾ ਐਲਾਨ ਕਰ ਦਿੱਤਾ ਹੈ ਟਰੈਕ ਲਿਸਟ ਸ਼ੂ ਕਰ ਦਿੱਤੀ ਹੈ ਰਿਲੀਜ਼ਿੰਗ ਡੇਟ ਤਾਂ ਹਲੇ ਪਤਾ ਨਹੀਂ ਲੱਗੀ ਪਰ ਫਿਲਹਾਲ ਉਹ ਸ਼ਾਇਦ ਕੈਨੇਡਾ ਯੂਕੇ ਲਾਈਵ ਸ਼ੋਅ ਕਰਨ ਜਾ ਰਿਹਾ ਹੈ ਉੱਥੋਂ ਦੀ ਹੀ ਇੱਕ ਕਲਿੱਪ ਵੀ ਜਾਰੀ ਕੀਤੀ ਸੀ ਐਲਬਮ ਤੇ ਈਪੀ ਦਾ ਦੌਰ ਹਲੇ ਵੀ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਬਰਕਰਾਰ ਹੈ ਆਰਨੇਤ ਦੀ ਐਲਬਮ ਆ ਰਹੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਦੋਸਤੋ ਕਰਨ ਔਦਲੇ ਦਾ ਜ਼ਿਕਰ ਕਰਨ ਵਾਲਾ ਰਹਿ ਗਿਆ ਕੋਲੈਬੋਰੇਸ਼ਨ ਇੱਕ ਹੋਰ ਸਾਹਮਣੇ ਆ ਗਈ ਹੈ ਫਿਲਹਾਲ ਤਾਂ ਉਸ ਨੇ ਜੈਜ ਦੀ ਨੈਸ਼ਨਲ ਕਲੈਬੋਰੇਸ਼ਨ ਆ ਚੁੱਕੀ ਹੈ ਉਸ ਗਾਣੇ ਨੇ ਕਾਫੀ ਜ਼ਿਆਦਾ ਤੱਕ ਪਾਈ ਸੀ ਕਾਫੀ ਜ਼ਿਆਦਾ ਪਸੰਦ ਕੀਤਾ ਸੀ ਬਾਲੀਵੁੱਡ ਵਿੱਚ ਵੀ ਕਾਫੀ ਪਸੰਦ ਕੀਤਾ ਗਿਆ ਸੀ ਇੱਕ ਵਾਰ ਫਿਰ ਡ੍ਰੀਮ ਗਾਣੇ ਦਾ ਹੀ ਇਹ ਦੋਨੋਂ ਇਕੱਠੇ ਹੋਣ ਜਾ ਰਹੇ ਹਨ ਪਰ ਇਸ ਤੋਂ ਵੀ ਜ਼ਿਆਦਾ ਚਰਚਾ ਹੋ ਰਹੀ ਹੀ ਹੈ ਕਰਨ ਔਜਲਾ ਦੀ ਈਪੀ ਤੇ ਵਰਲਡ ਟੂਰ ਦੀ ਈਪੀ ਐਨਐਫਟੀ ਤੇ ਰਿਲੀਜ਼ ਹੋ ਸਕਦੀ ਹੈ ਤੇ ਵਰਲਡ ਟੂਰ ਤੋਂ ਪਹਿਲਾਂ ਰਿਲੀਜ਼ ਹੋ ਸਕਦੀ ਹੈ ਇਦਾਂ ਦੀ ਜਾਣਕਾਰੀ ਇਸ ਦੇ ਕਾਫੀ ਦੋਸਤਾਂ ਮਤਰਾ ਨੇ ਦਿੱਤੀ ਹੈ ਪਰ ਹਾਲੇ ਤੱਕ ਦੋਸਤੋ ਇਸ ਦੀ ਅਫੀਸ਼ੀਅਲ ਟੀਮ ਨੇ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਇਸ ਸਬੰਧਤ ਨਹੀਂ ਦਿੰਦੀ ਤੁਹਾਨੂੰ ਕੀ ਲੱਗਦਾ ਹੈ ਵਰਲਡ ਦੇ ਉਸ ਤੋਂ ਬਾਅਦ ਇਹ ਸਭ ਕਾਰਗੁਜ਼ਾਰੀ ਕਰੇਗਾ ਆਪਣੇ ਅਹਿਮ ਵਿਚਾਰ ਜ਼ਰੂਰ ਦਿਓ ਤੇ ਦੋਸਤੋ ਦਲਜੀਤ ਸਾਝ ਉਸ ਦੀ EP ਦਾ ਵੀ ਜ਼ਿਕਰ ਹੋ ਰਿਹਾ ਹੈ ਪਰ 9 ਤੇ 17 ਤਰੀਕ ਨੂੰ ਜੋ ਉਸ ਨੇ ਦੋ ਲੋਕੇਸ਼ਨਾਂ ਤੇ ਆਪਣਾ ਟੂਰ ਕਰਨ ਜਾ ਰਿਹਾ ਹੈ ਲਾਈਵ ਸ਼ੋਅ ਲਗਾਉਣ ਜਾ ਰਿਹਾ ਹੈ ਕੰਸਰਟ ਦੀਆਂ ਪੂਰੀਆਂ ਤਿਆਰੀਆਂ ਫੋਲੋ ਹੋ ਚੁੱਕੀਆਂ ਨੇ ਇੱਥੋਂ ਤੱਕ ਕਿ ਟਿਕਟਾਂ ਵੀ ਜੋ ਬੁੱਕਮਾਈ ਸ਼ੋਅ ਤੇ ਅਵੇਲੇਬਲ ਸਨ ਸਾਰੀਆਂ ਹੀ ਸੋਲਡ ਆਊਟ ਹੋ ਗਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਪੰਜਾਬੀ ਇੰਡਸਟਰੀ ਫਿਲਹਾਲ ਦੇ ਟਾਈਮ EP ਦੇ ਵਰਲਡ ਟੂਰ ਵਾਲੇ ਹੀ ਧਿਆਨ ਦੇ ਰਹੀਆਂ ਨੇ ਤੇ ਜੇਕਰ ਅਹੀ ਗੱਲ ਦੋਸਤੋ ਅਰਜਨ ਟਲੋ ਦੇ ਨਿਮਰਤ ਖਹਿਰਾ ਦੀ ਕਈ ਦਿੱਤੀ ਸਖਸ਼ਾ ਨੂੰ ਪੁੱਛ ਰਹੀ ਸੀ ਕਿ ਤੁਸੀਂ ਕੈਸ਼ ਸ਼ੋਅ ਤੇ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ ਬਹੁਤ ਹੀ ਜ਼ਿਆਦਾ ਉਸ ਨੂੰ ਇੰਸਟਾਗ੍ਰਾਮ ਕਯੂ ਐਨ ਏ ਆਏ ਪਰ ਦੋਸਤੋ ਨਿਮਰਤ ਖਹਿਰਾ ਜੀ ਨੇ ਫੈਨਾਂ ਨੂੰ ਇਹ ਵੀ ਦਰਖਾਸਤ ਕੀਤੀ ਹੈ ਕਿ ਜਿਹੜਾ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ ਤੁਹਾਨੂੰ ਵੀ ਉਹ ਗਾਣਾ ਯਾਦ ਹੋਣਾ ਚਾਹੀਦਾ ਹੈ ਨਿਮਰਤ ਖਹਿਰਾ ਅਲੱਗ ਹੀ ਪਹਿਚਾਨ ਅਲੱਗ ਹੀ ਰਤਬਾ ਤੇ ਉਸਦੂ ਲਵ ਇਸ ਦੀ ਫਿਲਮ ਵੀ ਆਉਣ ਵਾਲੀ ਹੈ ਐਮੀ ਵਰਕ ਦੇ ਸਰਗੁਣ ਮਹਿਤਾ ਨਾਲ ਸ਼ਾਇਦ ਉਸ ਦੀ ਸ਼ੂਟਿੰਗ ਵੀ ਕੰਪਲੀਟ ਹੋ ਚੁੱਕੀ ਹੈ 13 ਮਈ ਨੂੰ ਉਹ ਫਿਲਮ ਰਿਲੀਜ਼ ਹੋਣੀ ਹੈ ਐਲਬਮ ਵੀ ਰਿਲੀਜ਼ ਹੋ ਗਈ ਇਸ ਸਾਲ ਫਿਲਮ ਵੀ ਰਿਲੀਜ਼ ਹੋਣੀ ਹੈ ਵਰਲ ਲਗਦੇ ਹਾਂ ਪੱਲ ਜਿਨੇ ਫੜਨਾ ਸੀ ਰੋਣਾ ਪੱਲੇ ਪਾ ਗਿਆ ਪੀੜ ਸਾਨੂੰ ਪੀ ਗਈ ਤੇ ਗਮ ਸਾਨੂੰ ਖਾ ਗਿਆ ਹਸਦੀ ਨੂੰ ਤੱਕ ਤੱਕ ਜਿਉਂਦਾ ਹੁਣ ਉਹ ਨੂੰ ਦਰਸਣ ਯੋਂਦਾ ਕੀਲੀ ਗੱਲੋਂ ਮੈਨੂੰ ਹੰਝੂਆਂ ਚੇਹਰ ਰੋੜਦਾ ਮੈਨੂੰ ਮੇਲੇ ਬਿਨਾ ਅੱਗੇ ਮੋੜੇ ਦਾ ਨਾ ਸ਼ੇਰੋ ਸਾਡੇ ਅੱਜ ਮੇਰੀ ਸੇਲੀ ਹੱਥ ਛੱਲਾ 모ੜਤਾ ਮੈਨੂੰ ਹਾਏ ਸੱਚ ਜਾਣੀ ਸੱਚ ਜਾਣਿਉਂ ਦਾ ਟੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜਤਾ ਟੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜਤਾ ਦੋਸਤੋ ਅਖੀਰ ਤੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਅਕਸ਼ੇ ਕੁਮਾਰ ਵੀ ਕੁਝ ਕੁ ਸਖਸ਼ਾ ਤੱਕਾ ਕਰਦੇ ਹੋਏ ਦਿਖਾਈ ਦਿੱਤੇ ਮਤਲਬ ਉਸ ਨਾਲ ਨਹੀਂ ਉਸ ਦੀ ਫਿਲਮ ਨਾਲ ਕਸ਼ਮੀਰ ਫਾਈਲ ਫਿਲਮ ਜਿਸ ਨੂੰ ਕਿ ਬਾਨੀ ਸੰਧੂ ਦੇਖ ਕੇ ਆ ਚੁੱਕੀ ਹੈ ਅਸੀਂ ਪਿਛਲੀ ਵੀਡੀਓ ਵਿੱਚ ਉਸ ਦਾ ਡਿਟੇਲ ਵਿੱਚ ਜ਼ਿਕਰ ਕਰ ਚੁੱਕੇ ਹਾਂ ਬੜੀ ਹੀ ਸੈਂਸਿਟਿਵ ਮੁੱਦੇ ਤੇ ਬਣੀ ਹੋਈ ਹੈ ਪਰ ਇੱਥੇ ਜ਼ਿਕਰ ਜੋ ਗੱਲ ਇਹ ਹੈ ਅਕਸ਼ੇ ਕੁਮਾਰ ਦੀ ਜੋ ਫਿਲਮ ਰਿਲੀਜ਼ ਹੋਈ ਹੈ ਉਸ ਨੂੰ ਨਹੀਂ ਲੱਗਣ ਦਿੱਤਾ ਗਿਆ ਕੁਝ ਕੁ ਸਖਸ਼ਾਂ ਵੱਲੋਂ ਉਹਨਾਂ ਨੇ ਇਹ ਕਿਹਾ ਕਿ ਸਿਰਫ ਤੇ ਸਿਰਫ ਥੀਏਟਰਾਂ ਵਿੱਚ ਅਗਲੇ 10-15 ਦਿਨਾਂ ਤੱਕ ਕਸ਼ਮੀਰ ਫਾਈਲ ਫਿਲਮ ਹੀ ਚੱਲੇਗੀ ਸੈਂਸਿਟਿਵ ਮੁੱਦੇ ਦੀ ਫਿਲਮ ਨਹੀਂ ਲੱਗਣ ਦਿੱਤੀਗੀ ਵੈਸੇ ਪੰਜਾਬ ਵਿੱਚ ਪੰਜਾਬੀ ਨਹੀਂ ਚੱਲਣ ਦੇਂਦੇ ਤੇ ਦੋਸਤੋ ਕਿੰਨੇ ਕਿ ਜੀ ਰਿਕਵੈਸਟ ਤੇ ਵੀ ਸੀ ਪੰਜਾਬੀ ਫੁਟਰ ਲਾਇਬ੍ਰੇਰੀਸ ਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਅਸੀਂ ਗੇਮ ਗੈਰੈਕਸ਼ਨ ਤੇ ਬਲੌਗ ਵਰਗੀਆਂ ਵੀਡੀਓ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਦੋਸਤੋ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ